ਛਾਪੇਵਾਲੀ ਦੇ ਫਤਿਹ ਸਿੰਘ ਪੁੱਤਰ ਸਵਰਨ ਸਿੰਘ ਦਾ ਆਪਣੀ ਪਤਨੀ ਗੁਰਵਿੰਦਰ ਕੌਰ ਪੁੱਤਰੀ ਕਰਮ ਸਿੰਘ ਵਾਸੀ ਪਿੰਡ ਸਾਹਿਬ ਚੰਦ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਬਿਨਾਂ ਤਲਾਕ ਦੂਜਾ ਵਿਆਹ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਫਤਿਹ ਸਿੰਘ ਨੇ ਦੱਸਿਆ ਕਿ ਉਸਦੇ ਦੋ ਬੱਚੇ ਹਨ, ਇੱਕ ਲੜਕਾ ਤੇ ਇੱਕ ਲੜਕੀ। ਮੇਰਾ ਘਰ ਬਰਬਾਦ ਕਰਨ ਵਿੱਚ ਉਸਦਾ ਸਾਲਾ ਤਰਸੇਮ ਸਿੰਘ ਤੇ ਸਾਲੀ ਸੁਖਰਾਜ ਕੌਰ ਤੇ ਸਾਂਡੂ ਗੋਰਾ ਸਿੰਘ ਨੇ ਵਾਸੀ ਪਿੰਡ ਚ ਆਏ ਆਣਾ ਜ਼ਿਲ੍ਹਾ ਫਾਜ਼ਿਲਕਾ ਵਾਸੀ ਇਹ ਤਿੰਨੇ ਜ਼ਿੰਮੇਵਾਰ ਹਨ। ਬਾਈ ਜੀ, ਮੈਂ ਫਤਿਹ ਸਿੰਘ ਪਿੰਡ ਛਾਪੇਵਾਲੀ, ਪਿਤਾ ਨਾਲ ਸਵਰਨ ਸਿੰਘ ਹੈ। ਬਾਈ ਜੀ, ਮੇਰਾ 2002 ਚ ਮੇਰੀ ਮੈਰਿਜ ਹੋਈ ਸੀ ਗੁਰਵਿੰਦਰ ਕੌਰ ਨਾਲ, ਠੀਕ ਹੈ। 2014 ਚ ਮੇਰੀ ਮੈਰਿਜ ਹੋ, 2002 ਚ ਆਪਣੇ ਮਿਸਾਲੀ ਸਾਂਢੂ ਆਏ ਆ ਮੇਰੀ ਬਿਨਾ ਗੈਰ ਹਾਜ਼ਰੀ ਚੋਂ, ਠੀਕ ਆ। ਉਹ ਮੇਰੇ ਬੱਚਿਆਂ ਨੂੰ ਨਾਲ ਲੈ ਗਏ, ਛੋਟੀ ਗੁੜੀਆ ਸੀਗੀ ਨਾਲ, ਉਹਨਾਂ ਨੂੰ ਨਾਲ ਲੈ ਗਏ। ਬੱਚਾ ਮੇਰਾ ਪੜ੍ਹਨ ਗਿਆ ਸੀਗਾ, ਲੜਕਾ ਵੱਡਾ ਸੀਗਾ, ਠੀਕ ਆ। ਉਦੋਂ ਬਾਅਦ ਮੈਂ ਲੈਣ ਗਿਆ, ਉਹਨਾਂ ਨੇ ਕੋਈ ਨਿਆਂ ਨਹੀਂ ਦਿੱਤਾ ਜੀ। ਉਹਨਾਂ ਨੇ ਚੱਕ ਕੇ ਮੇਰੇ ਬੱਚਿਆਂ ਨੂੰ ਗਾਂ ਵੇਚ ਦਿੱਤਾ ਜੀ, ਕਿਸੇ ਅਮੀਰ ਬੰਦੇ ਤੋਂ ਲੈ ਕੇ ਪੈਸੇ, ਠੀਕ ਆ। ਉਧਰੋਂ ਕੇਸ ਮੇਰੇ ਲਾਏ ਹੋਏ ਸੀ ਮੇਰੇ ਤੇ ਇਹਨਾਂ ਨੇ, ਮੈਂ ਕੇਸ ਜਿੱਤ ਗਿਆ। ਬਾਈ ਜੀ, ਹੁਣ ਮੈਨੂੰ ਨਾ ਤਾਂ ਕਿਸੇ ਪੁਲਿਸ ਨੇ ਨਿਆਂ ਦਿੱਤਾ ਵੀ ਉਹਨਾਂ ਨੇ ਬਿਨਾਂ ਤਲਾਕ ਤੋਂ ਅੱਗੇ ਵਿਆਹਤੀ ਆ, ਠੀਕ ਆ ਜੀ। ਤੇ ਨਾ ਹੀ ਮੈਨੂੰ ਕਿਸੇ ਹੋਰ ਕਿਸੇ ਬੰਦੇ ਨੇ ਸਾਥ ਨਹੀਂ ਦਿੱਤਾ ਜੀ। ਮੇਰੇ ਨਾਲ ਪੰਚਾਇਤ ਖੜੀ ਆ, ਠੀਕ ਹੈ। ਇਹ ਜਾਂਦੀ ਸੀ ਥਾਣੇ 'ਚ ਤੇ ਪੁਲਿਸ ਟਾਲ ਮਟੋਲ ਕਰ ਦਿੰਦੀ ਸੀ। ਹੋਰਾਂ ਤੇ ਪਰਚੇ ਹੋ ਸਕਦੇ ਆ, ਮੇਰੇ ਵਾਸਤੇ ਕਿਉਂ ਨਹੀਂ ਕਾਨੂੰਨ ਬਣਿਆ, ਕਿਉਂ ਨਹੀਂ ਉਹਨਾਂ ਨੂੰ ਸਜ਼ਾ ਮਿਲੀ ਬਈ। ਸਾਲੀ ਸਾਂਡੂ ਨੇ ਪੈਸੇ ਲੈ ਕੇ ਖਾ ਲਏ ਆ ਜੀ, ਮੇਰੇ ਬੱਚਿਆਂ ਨੂੰ ਆਉਣ ਨਹੀਂ ਦਿੰਦੇ ਕਿਉਂਕਿ ਜਨਾਨੀ ਹੁਣ ਦੋਨੇ ਬੰਨੇ ਫਸ ਗਈ ਆ, ਠੀਕ ਆ। ਉਹਨਾਂ ਨੇ ਪੈਸੇ ਲੈ ਕੇ ਖਾਧੇ ਆ, ਜਨਾਨੀ ਨੂੰ ਤਾਂ ਨਹੀਂ ਆਉਣ ਦਿੰਦੇ, ਠੀਕ ਹੈ ਜੀ। ਹੁਣ ਮੇਰਾ ਹਾਈ ਕੋਰਟ ਕੇਸ ਚੱਲਦਾ ਵਾ, ਮੈਨੂੰ ਇਨਸਾਫ ਦਵਾਇਆ ਜਾਵੇ। ਸਾਲੀ ਸਾਂਢੂ ਨੂੰ ਮੇਰੇ ਬੱਚੇ ਵੇਚਣ ਦੇ ਬਾਵਜੂਦ ਜੋ ਵੀ ਬਣਦੀ ਕਾਰਵਾਈ ਕੀਤੀ ਜਾਵੇ। ਬਾਈ ਜੀ, ਉਹਨਾਂ ਨੇ ਕੇਸ ਲਾਏ ਸੀ, ਮੈਂ ਤਰੀਕ ਤੇ ਜਾਂਦਾ ਸੀਗਾ ਤੇ ਮੈਨੂੰ ਪੁਲਿਸ ਵਾਲਿਆਂ ਨੂੰ ਪੈਸੇ ਦੇ ਕੇ ਕਟਵਾਇਆ ਗਿਆ। ਫਾਜ਼ਿਲਕਾ ਥਾਣੇ 'ਚ 57 ਦੀ ਜ਼ਮਾਨਤ ਹੋਈ ਹੈ ਜੀ। ਮੇਰੇ ਤੇ ਨਜਾਇਜ਼ ਹਥਿਆਰ ਪਾਏ ਗਏ ਆ, ਮੈਂ ਗਰੀਬ ਬੰਦਾ ਜੀ, ਮੈਂ ਆਪਦੇ ਬੱਚੇ ਦਾ ਪਾਲਣ ਪੋਸ਼ਣ ਕਰ ਰਿਹਾ। ਇਹ ਮੇਰਾ ਲੜਕਾ ਵੱਡਾ ਆ, ਗੁੜੀਆ ਛੋਟੀ, ਉਹ ਨਾਲ ਲੈ ਗਏ ਸੀਗੇ। ਮੁੜ ਕੇ ਉਹਨਾਂ ਨੇ ਨਾ ਤਾਂ ਮੇਰੀ ਗੁੜੀਆ ਨਾਲ ਕਨੈਕਟ ਹੋਣ ਦਿੱਤਾ, ਨਾ ਹੀ ਮੇਰੀ ਜਨਾਨੀ ਨਾਲ, ਠੀਕ ਹੈ। ਕਿਉਂਕਿ ਕਨੈਕਟ ਤਾਂ ਨਹੀਂ ਹੋਣ ਦਿੱਤਾ ਕਿਉਂਕਿ ਉਹਨਾਂ ਨੇ ਪੈਸੇ ਖਾਧੇ ਹੋਏ ਸੀਗੇ। ਜਨਾਨੀ ਮੇਰੀ ਗਾਂ ਵੇਚਤੀ ਆ, ਵੇਚਣ ਦਾ ਵੀ ਪਤਾ ਜਿੱਥੇ ਆ, ਪਰ ਪੁਲਿਸ ਨੇ ਮੇਰੀ ਕੋਈ ਸੁਣਵਾਈ ਨਹੀਂ ਕੀਤੀ। ਮੈਨੂੰ 4 ਸਾਲ ਹੋ ਗਏ ਆ ਜੀ, ਠੀਕ ਆ। ਦਰਖਾਸਤ ਦੇਣਾ ਆ, ਡਸਟਬਿਨ 'ਚ ਰੱਦੀ 'ਚ ਸੁੱਟ ਦਿੰਦੇ ਆ, ਠੀਕ ਆ। ਅੱਜ ਜਾਵਾਂਗੇ, ਸਵੇਰੇ ਜਾਵਾਂਗੇ। ਉਹਨਾਂ ਨੂੰ ਮੈਂ ਪੈਸੇ ਵੀ ਦਿੰਦਾ ਰਿਹਾ, ਬਾਈ ਜੀ ਗੇੜਾ ਤਾਂ ਮਾਰ ਕੇ ਆਓ, ਬੁਲਾਓ ਤਾਂ ਸਹੀ, ਮਹੀਨਾ ਮਹੀਨਾ ਅੱਜ ਸਾਡੀ ਮੀਟਿੰਗ ਆ, ਅੱਜ ਆਹ ਵਾ, ਅੱਜ ਉਹ ਆ ਜੀ। ਬਲਕਿ ਕੀ ਤਕਰੀਬਨ ਉਹਨਾਂ ਨੇ ਟਾਈਮ ਟਪਾਇਆ ਜੀ। ਜਨਾਨੀ ਤਾਂ 2014 'ਚ ਉਹਨਾਂ ਨੇ ਵੇਚਤੀ ਸੀ, ਪਤਾ ਮੈਨੂੰ ਲੱਗ ਚੁੱਕਾ ਸੀਗਾ ਜਿੱਥੇ ਵੇਚੀ ਆ। ਆ ਨਾਲ ਹੀ ਪਿੰਡ ਹਬੋਰ ਦੇ ਨਾਲ ਆ ਜੀ, ਉੱਥੇ ਵੱਸ ਰਹੀ ਆ ਜਨਾਨੀ। ਮੇਰੇ ਨਾਲ ਅਜੇ ਕੋਈ ਤਲਾਕ ਨਹੀਂ ਹੋਇਆ, ਕੇਸ ਅਜੇ ਚੱਲ ਰਿਹਾ, ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਅੱਗੋਂ ਪੁਲਿਸ ਮਜ਼ਾਕ ਉਡਾ ਰਹੀ ਆ ਮੇਰੀ, ਠੀਕ ਆ, ਕਿ ਤੂੰ ਰੱਖ ਨਹੀਂ ਸਕਿਆ ਜਨਾਨੀ। ਜੇ ਮੇਰੇ ਕੋਲ 15 ਸਾਲ ਰਹਿ ਸਕਦੀ ਆ ਜਨਾਨੀ, ਲਾਲਚ ਨਾਲ ਲੈ ਕੇ ਗਏ ਆ, ਪੱਟ ਕੇ ਗਏ ਆ, ਠੀਕ ਆ। ਮੇਰੀ ਗੁੜੀਆ ਦਾ ਕੋਈ ਪਤਾ ਨਹੀਂ ਗਾ ਕਿੱਥੇ ਆ ਕਿੱਥੇ ਨਹੀਂ। ਜਨਾਨੀ ਉਹਨਾਂ ਨੇ ਵੇਚ ਕੇ ਪੈਸੇ ਆਪਦੇ ਕੋਲ ਰੱਖ ਲਿਆ ਜੀ। ਹੁਣ ਬੱਚੇ ਨਹੀਂ ਆਉਣ ਦਿੰਦੇ ਮੇਰੇ ਕੋਲ, ਨਾ ਹੀ ਪੁਲਿਸ ਮੇਰਾ ਕੋਈ ਸਾਥ ਦਿੰਦੀ ਆ। ਆਹ ਵੇਖੋ ਜੀ, ਆਹ ਹੋਰਾਂ ਅਖਬਾਰਾਂ ਤੇ ਜਾਂ ਕਿਤੇ ਵੀ ਮੈਗਜ਼ੀਨਾਂ ਤੇ ਹੋਰ ਲੋਕਾਂ ਨੂੰ ਸਜ਼ਾ ਹੋ ਸਕਦੀ ਆ, ਕੀ ਗੱਲ ਮੇਰੇ ਵਾਸਤੇ ਕਾਨੂੰਨ ਨਹੀਂ ਬਣਿਆ? ਜਾਂ ਮੈਂ ਭਾਰਤ ਦਾ ਨਾਗਰਿਕ ਨਹੀਂ ਜਾਂ ਪੰਜਾਬ ਦਾ ਵਸਨੀਕ ਨਹੀਂ? ਕੀ ਗੱਲ ਮੈਂ ਗਰੀਬ ਆ ਤਾਂ ਕਰਕੇ ਨਹੀਂ ਮੇਰੀ ਸੁਣਵਾਈ ਹੋ ਰਹੀ? ਆਹ ਵੇਖੋ, ਆਹ ਜਲਾਲਾਬਾਦ ਦੇ 5 ਜਣਿਆਂ ਨੂੰ ਬਿਨਾਂ ਤਲਾਕ ਤੋਂ ਵਿਆਹ ਕਰਵਾਉਣ ਦੇ ਬਾਵਜੂਦ ਸਜ਼ਾ ਹੋਈ ਵੀ ਆ, ਕੀ ਗੱਲ? ਸਾਲੀ ਸਾਂਢੂ ਏਡੇ ਅਮੀਰ ਹੋ ਗਏ ਜਿਹੜੇ, ਇਹਨਾਂ ਵਾਸਤੇ ਕਾਨੂੰਨ ਹੀ ਨਹੀਂ ਬਣਿਆ ਜੀ, ਕੀ ਗੱਲ? ਇਹ ਅੰਦਰ ਨਹੀਂ ਹੋ ਸਕਦੇ? ਛਾਪੇਵਾਲੀ ਤੋਂ ਮੈਂਬਰ ਚੰਨਾ ਸਿੰਘ ਜੀ, ਜੋ ਫਤਿਹ ਨਾਲ ਧੱਕਾ ਹੋ ਰਿਹਾ ਵੀ ਕੋਰਟ ਵਿੱਚੋਂ ਕੇਸ ਜਿੱਤ ਰਿਹਾ, ਇਹਨੂੰ ਇਨਸਾਫ਼ ਦਵਾਇਆ ਜਾਵੇ ਕਿਉਂਕਿ ਕਾਨੂੰਨੀ ਕਾਰਵਾਈ ਇਹਦੇ ਵਾਸਤੇ ਕੋਈ ਵੀ ਹੈ ਨਹੀਂ।
ਕਿ ਇੱਕ ਗਰੀਬ ਬੰਦਾ ਆਪਦੇ ਬੱਚੇ ਨੂੰ ਪੜ੍ਹਾਉਂਦਾ ਕਿ ਉਹ ਪੜ੍ਹਾਈ ਕਰਾਵੇ ਕਿ ਇਹਦੇ ਫੁਲਕੇ ਲਾ ਕੇ ਦੇਵੇ, ਜੋ ਇਹਦੇ ਘਰੇ ਆਏ ਸੀ ਇਹਦੇ ਰਿਸ਼ਤੇਦਾਰ ਉਹਨਾਂ ਦੇ ਖਿੱਚ ਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਮੈਂ ਮੌਜੂਦਾ ਪੰਚਾਇਤ ਮੈਂਬਰ ਦਲਜੀਤ ਸਿੰਘ ਹਾਂ। ਇਹਦੇ ਨਾਲ ਬਹੁਤ ਇਨਸਾਫੀ ਹੋਈ ਆ, ਇਹਨੂੰ ਇਨਸਾਫ ਮਿਲਣਾ ਚਾਹੀਦਾ ਹੈ। ਇਹ ਵਿਚਾਰਾ ਗਰੀਬ 4 ਸਾਲਾਂ ਤੋਂ ਇਹਦਾ ਇਨਸਾਫ ਨਹੀਂ ਮਿਲਿਆ ਹੈਗਾ, ਇਹਨੂੰ ਇਹਦੇ ਨਾਲ ਇਨਸਾਫੀ ਹੋਣੀ ਚਾਹੀਦੀ ਹੈ ਜੀ। ਮਲੌੜ ਤੋਂ ਪਵਨ ਸਿੰਘ ਦੀ ਰਿਪੋਰਟ।